ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਬਾਨੂ ਸ਼ੋਅ ਦੇ ਵਿੱਚ ਅਤੇ ਇਸ ਵਕਤ ਦੀਆਂ ਖਬਰਾਂ 'ਤੇ ਆਪਾਂ ਫਿਰ ਪਨੂ ਸਾਹਿਬ ਨਾਲ ਚਰਚਾ ਕਰਾਂਗੇ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਪਨੂ ਸਾਹਿਬ, ਗੱਲ ਹੋਰ ਕੋਈ ਕਰਨ ਤੋਂ ਪਹਿਲਾਂ ਲਾਂਘੇ ਵਾਲੀ ਜ਼ਰੂਰੀ ਹੈ ਜੀ ਕਰਨੀ, ਕਿਉਂਕਿ ਰੋਜ਼ ਕੁਛ ਨਾ ਕੁਛ ਨਵਾਂ ਬਿਆਨ ਕੋਈ ਨਾ ਕੋਈ ਗੱਲ ਸਾਹਮਣੇ ਆ ਜਾਂਦੀ ਹੈ। ਹੁਣ ਬਿਆਨ ਚਲੋ ਆਪਣੇ ਵਾਲਿਆਂ ਨੇ ਤਾਂ ਜਿਹੜੇ ਦੇਣੇ ਸੀ ਉਹ ਦੇਈ ਜਾਂਦੇ ਆ, ਪਰ ਹੁਣ ਪਾਕਿਸਤਾਨ ਵਾਲੇ ਪਾਸੇ ਵੀ ਚਰਚਾ ਇਹ ਚੱਲ ਪਈ ਵੀ ਸਰਕਾਰੀ ਬਿਆਨ ਕੁਛ ਹੋ ਰਿਹਾ ਅਤੇ ਫੌਜ ਦੇ ਬਿਆਨ ਕੁਛ ਹੋ ਰਿਹਾ। ਇਮਰਾਨ ਖਾਨ ਹੋਰੀ ਕਹਿੰਦੇ ਆ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਕਿਸੇ ਪਾਸਪੋਰਟ ਦੀ, ਅਤੇ ਬਸ ਤੁਸੀਂ ਇੱਦਾਂ ਆਓ ਵੀ ਆਪਾਂ ਤੁਹਾਨੂੰ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੇ ਮੌਕੇ ਦੇਵਾਂਗੇ। ਦੂਜੇ ਪਾਸੇ ਫੌਜ ਦੇ ਇੱਕ ਜਿਹੜੇ ਕਿ ਅਫਸਰ ਨੇ ਆਸਿਫ ਗਫੂਰ ਸਾਹਿਬ, ਉਹਨਾਂ ਦੇ ਬਿਆਨ ਕੁਛ ਵੱਖਰੇ ਆਉਂਦੇ। ਜਾਂ ਤਾਂ ਆਪਸ 'ਚ ਉਹਨਾਂ ਸਲਾਹ ਨਹੀਂ ਕੀਤੀ, ਜਾਂ ਫਿਰ ਇੱਦਾਂ ਲੱਗਦਾ ਕਿ ਫੌਜ ਚਾਹੁੰਦੀ ਹੈ ਵੀ ਜੇ ਲਾਂਘੇ ਦੀ ਹਾਂ ਅਸੀਂ ਕੀਤੀ ਹੈ ਅਤੇ ਹਾਈ ਕਮਾਂਡ ਵਿੱਚ ਅਸੀਂ ਰਹਿਣਾ। ਦੇਖੋ, ਹੁਣ ਤਾਂ ਸਾਲ ਹੋ ਗਿਆ ਜੀ ਜਦੋਂ ਇਮਰਾਨ ਖਾਨ ਨੇ ਸਹੁੰ ਚੁੱਕੀ ਅਤੇ ਨਵਜੋਤ ਸਿੰਘ ਸਿੱਧੂ ਉੱਥੇ ਗਿਆ ਅਤੇ ਇਹ ਖਬਰ ਆਈ ਕਿ ਉਹਨਾਂ ਦੀ ਫੌਜ ਦੇ ਜਰਨੈਲ ਨੇ ਸਿੱਧੂ ਨੂੰ ਜੱਫੀ ਪਾ ਕੇ ਆਖਿਆ ਸਿੱਧੂ ਸਾਹਿਬ ਵਧਾਈ ਹੋਵੇ ਤੁਸੀਂ ਲਾਂਘਾ ਦੇ ਦੇਣਾ। ਉਸੇ ਦਿਨ ਸ਼ਾਮ ਦੇ ਪ੍ਰੋਗਰਾਮ 'ਚ ਮੈਂ ਇਹ ਕਿਹਾ ਸੀ ਚੰਗੀ ਗੱਲ ਲਾਂਘਾ ਮਿਲ ਜਾਵੇ ਅਸੀਂ ਸਵਾਗਤ ਕਰਾਂਗੇ, ਪਰ ਗੱਲ ਉਨੀ ਲਾਂਘੇ ਦੀ ਨਹੀਂ ਜਿੰਨੀ ਇਹ ਦੱਸਣ ਦੀ ਕਿ ਉਹ ਜਿਹੜਾ ਬੰਦਾ ਸਹੁੰ ਚੁੱਕਣ ਲੱਗਾ ਉਹ ਤਾਂ ਐਵੇਂ ਹੀ ਆ, ਬਾਰਡਰਾਂ ਦਾ ਫੈਸਲਾ ਅਸੀਂ ਕਰਨਾ। ਨਹੀਂ ਤਾਂ ਇੰਨੀ ਗੱਲ ਵਾਸਤੇ ਇੱਕ ਘੰਟਾ ਠਹਿਰ ਕੇ ਵੀ ਆਪ ਕਹਿਣ ਦੇ ਬਜਾਏ ਪ੍ਰਧਾਨ ਮੰਤਰੀ ਤੋਂ ਘਵਾ ਸਕਦਾ ਸੀ ਜੀ। ਜਦੋਂ ਪ੍ਰਧਾਨ ਮੰਤਰੀ ਕੁਰਸੀ 'ਤੇ ਬੈਠਾ ਅਤੇ ਸਹੁੰ ਚੁੱਕਣ ਲੱਗਾ, ਐਨ ਉਸ ਮੌਕੇ ਆ ਕੇ ਕਹਿਣ ਦਾ ਕੀ ਮਤਲਬ ਸੀ ਜੀ? ਉਦੋਂ ਬਾਅਦ ਕਿੰਨੇ ਹਾਲਾਤ ਵਿੱਚ ਮੋੜ ਘੋੜ ਆਏ। ਅਸੀਂ ਇਸ ਸਾਲ ਦੇ ਵਿੱਚ 4-5 ਵਾਰ ਵੇਖਿਆ ਲੜਾਈ ਹੋ ਗਈ ਕਿ ਹੋ ਗਈ, ਹੋ ਗਈ ਕਿ ਹੋ ਗਈ, ਹੋ ਗਈ, ਟਲ ਜਾਂਦੀ ਰਹੀ ਜੀ। ਹੁਣ ਫਿਰ ਇੱਕੋ ਵਕਤ ਦੋ ਗੱਲਾਂ ਚੱਲਦੀਆਂ ਪਈਆਂ। ਇੱਕ ਪਾਸਿਓਂ ਲਾਂਘੇ ਦੀਆਂ ਤਿਆਰੀਆਂ, ਮੁਕਾਬਲੇਬਾਜ਼ੀ ਆ, ਪਾਕਿਸਤਾਨ ਨੇ 90% ਕਰਤਾ, ਭਾਰਤ ਦਾ 80% ਰਹਿ ਗਿਆ। ਮੁੜ ਕੇ ਕਹਿੰਦੇ ਜੀ ਅਸੀਂ 91% ਕਰਤਾ, ਪਾਕਿਸਤਾਨ 90 'ਤੇ ਖਲੋਤਾ। ਅਗਲੇ ਦਿਨ ਕਹਿੰਦੇ ਅਸੀਂ ਤਾਂ 93% ਲੈ ਗਏ, ਤੁਸੀਂ 92 'ਤੇ ਆਏ ਜੇ। ਇੱਕ ਪਾਸਾ ਤਾਂ ਮੁਕਾਬਲੇ ਦਾ ਜੀ, ਦੂਸਰਾ ਪਾਸਾ ਸ਼ਬਦਾਂ ਦੀ ਜੰਗ ਦਾ, ਉਹ ਵੀ ਘੱਟ ਨਹੀਂ, ਅਸੀਂ ਵੀ ਘੱਟ ਨਹੀਂ। ਸਾਡੇ ਵਾਲੇ ਪਾਸੇ ਲੜਾਈ ਇਸ ਗੱਲ ਦੀ ਹੈ ਕਿ ਕ੍ਰੈਡਿਟ ਕਿਹਨੂੰ ਮਿਲੇ ਜੀ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਅਤੇ ਅਮਿਤ ਸ਼ਾਹ ਤਿੰਨੇ ਕਹਿੰਦੇ ਆ ਮੋਦੀ ਸਾਹਿਬ ਨੇ ਲਾਂਘਾ ਦਵਾਤਾ। ਕਾਂਗਰਸੀਆਂ 'ਚੋਂ ਇੱਕ ਹਿੱਸਾ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਨੇ ਦਵਾਤਾ, ਦੂਜੇ ਕਹਿੰਦੇ ਨਹੀਂ ਜੀ ਸਾਂਝੀਆਂ ਕੋਸ਼ਾਂ ਨਾਲ ਆਇਆ, ਸਿੱਧੂ ਵੀ ਤਾਂ ਸਾਡਾ ਹੀ ਸੀ। ਪਰ ਜੇ ਸਾਡਾ ਸੀ ਤਾਂ ਉਦੋਂ ਦਾ ਉਹਨੂੰ ਨੁਕਰੇ ਲਾ ਕੇ ਘਰ ਕਿਉਂ ਬਿਠਾਇਆ? ਇਹਨਾਂ ਦੇ ਵਿੱਚ ਵੀ ਆਪਸੀ ਟਕਰਾਅ ਜੀ, ਉੱਥੇ ਜਾਣਾ ਕਿ ਨਹੀਂ ਜਾਣਾ ਉੱਥੇ ਵੀ ਟਕਰਾਅ। ਹੁਣ ਐਨ ਇਸ ਮੌਕੇ 'ਤੇ ਇੱਕ ਨਵਾਂ ਟਕਰਾਅ ਸ਼ੁਰੂ ਹੋ ਗਿਆ। ਪਿਛਲੇ ਹਫ਼ਤੇ, ਇਹ ਸ਼ਾਇਦ ਵੀਰਵਾਰ ਦੀ ਗੱਲ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਲਾਂਘੇ ਦੇ ਵਿੱਚੋਂ ਪਾਸਪੋਰਟ ਦੀ ਸ਼ਰਤ ਹਟਾਈ, ਅਤੇ ਮੈਂ ਸ਼ਨੀਚਰਵਾਰ ਸਵੇਰੇ ਕਹਿ ਦਿੱਤਾ ਸੀ ਕਿ ਨਹੀਂ ਹਟ ਸਕੀ, ਕਿਉਂਕਿ ਉਹਦੇ ਕਹਿਣ ਤੋਂ ਬਾਅਦ ਵੀ ਪਾਸਪੋਰਟ ਦੀ ਸ਼ਰਤ ਨਾਲ ਰਜਿਸਟ੍ਰੇਸ਼ਨ ਹੋ ਰਹੀ ਹੈ ਜੀ। ਅਤੇ ਜੇ ਉਹਨੇ ਕਹਿ ਦਿੱਤਾ ਸੀ ਤਾਂ ਉਸੇ ਵੇਲੇ ਕਹਿ ਦਿੰਦੇ ਅਗਲੇ ਪਾਸੋਂ ਜਾਰੀ ਕਰ ਦਿੰਦੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ, ਗ੍ਰਹਿ ਮੰਤਰਾਲੇ ਨੇ, ਪਾਕਿਸਤਾਨ ਦੀ ਸਰਕਾਰ ਨੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਇੰਨੇ ਦਿਨ ਅਸੀਂ ਡਿੱਗਦੇ ਰਹੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਅਤੇ ਨੋਟੀਫਿਕੇਸ਼ਨ ਜਾਰੀ ਹੋ, ਜਾਰੀ ਹੋ, ਜਾਰੀ ਹੋ, ਊਠਦਾ ਬੁੱਲ ਲਮਕਦੇ ਰਿਹਾ, ਡਿੱਗਾ ਤਾਂ ਹੈ ਨਹੀਂ ਜੀ। ਹੁਣ ਅੱਜ ਕੀ ਹੋਇਆ? ਦੁਪਹਿਰੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਲਾਂਘੇ ਦੀ ਸ਼ਰਤ ਹਟਾਤੀ, ਤੁਸੀਂ ਪਾਸਪੋਰਟ ਦੀ, ਤੁਸੀਂ ਪਾਸਪੋਰਟ ਤੋਂ ਬਗੈਰ ਆਇਓ ਅਤੇ ਮੱਥਾ ਟੇਕਿਓ। ਅਤੇ ਉਹ ਤੋਂ ਇੱਕ ਘੰਟਾ ਬਾਅਦ ਪਾਕਿਸਤਾਨ ਦੀ ਫੌਜ ਦਾ ਸਪੋਕਸਪਰਸਨ ਜਨਰਲ ਆਸਿਫ ਗਫੂਰ ਕਹਿ ਰਿਹਾ ਕਿ ਸਾਡੇ ਇਸ ਮਸਲੇ 'ਤੇ ਕੁਝ ਮਤਭੇਦ ਆ, ਸਾਡੇ ਵਿਚਾਰ ਨਹੀਂ ਮਿਲਦੇ। ਫੌਜ ਆਪਣੇ ਦੇਸ਼ ਦੀ ਜਿਹੜੀ ਸੁਰੱਖਿਆ ਉਹਨੂੰ ਖਤਰੇ 'ਚ ਨਹੀਂ ਪਾ ਸਕਦੀ। ਪ੍ਰੋਪਰ ਐਂਟਰੀ ਪਰਮਿਟ ਬਣੇਗਾ, ਐਂਟਰੀ ਪਰਮਿਟ 'ਤੇ ਇੱਕ ਤਰਫਾ ਆਉਣ ਅਤੇ ਵਾਪਸ ਜਾਣ ਦੀ ਗੱਲ ਕਰਾਂਗੇ। ਇਹ ਲਾਂਘਾ ਇੱਕ ਤਰਫਾ ਹੈ ਜਿਹ 'ਚ ਸਿਰਫ ਭਾਰਤ ਵੱਲੋਂ ਹੀ ਆਉਣਾ, ਇੱਧਰੋਂ ਤੋਂ ਕੋਈ ਜਾਣਾ ਨਹੀਂ। ਜਿਹੜੇ ਪਾਕਿਸਤਾਨ ਵਿੱਚੋਂ ਮੱਥਾ ਟੇਕਣ ਜਾਣਗੇ, ਉਹ ਕਹਿੰਦੇ ਜ਼ਿਆਰਤ ਕਰਨ ਜਾਣਗੇ ਉਹਨਾਂ ਦੀ ਉਰਦੂ ਸ਼ਬਦਾਵਲੀ ਦੇ ਮੁਤਾਬਕ, ਜਾਂ ਜਿਹੜੇ ਵਿਦੇਸ਼ਾਂ ਤੋਂ ਸਿੱਧੇ ਬਾਈ ਏਅਰ ਪਾਕਿਸਤਾਨ 'ਚ ਉਤਰੇ ਆ, ਉਹ ਇੱਧਰੋਂ ਇੱਕ ਪਾਸੇ ਤੋਂ ਮੱਥਾ ਟੇਕ ਕੇ ਆਉਣਗੇ। ਜਿਹੜੇ ਭਾਰਤ ਵੱਲੋਂ ਆਉਣੇ ਉਹ ਦੂਸਰੇ ਪਾਸੇ ਤੋਂ ਆਉਣਗੇ। ਅੰਦਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਵੀ ਇੱਕ ਦੂਸਰੇ ਨਾਲ ਅੱਖਾਂ ਮਿਲ ਸਕਦੀਆਂ, ਹੱਥ ਮਿਲਾਉਣ ਦਾ ਮੌਕਾ ਨਹੀਂ ਮਿਲਣਾ ਜੀ। ਦੋਵਾਂ ਦੇ ਅੰਦਰ ਅੰਦਰ ਜਾ ਕੇ ਐਂਟਰੀ ਗੇਟ ਵੀ ਹੋ ਰਿਹਾ ਅਤੇ ਮੱਥਾ ਟੇਕ ਕੇ ਬਾਹਰ ਨਿਕਲਦੇ ਗੇਟ ਵੀ ਹੋ ਰਿਹਾ। ਉਹਨੇ ਸਾਫ਼ ਕਹਿ ਦਿੱਤਾ ਕਿ ਅਸੀਂ ਪਾਸਪੋਰਟ ਦੇ ਸਵਾਲ ਦੇ ਉੱਤੇ ਕੋਈ ਛੋਟ ਨਹੀਂ ਦੇ ਰਹੇ ਜੀ। ਪ੍ਰਧਾਨ ਮੰਤਰੀ ਕਹਿੰਦਾ ਛੋਟ ਦੇ ਰਹੇ ਔਰ ਫੌਜ ਦਾ ਮੁੱਖ ਜਿਹੜਾ ਬੁਲਾਰਾ ਉਹ ਕਹਿੰਦਾ ਛੋਟ ਨਹੀਂ ਦੇ ਰਹੇ, ਅਤੇ ਗੱਲ ਸਾਥੋਂ 'ਚ ਖਲੋ ਕੇ ਆਮੋ ਸਾਹਮਣੇ ਕਹਿਣ ਦੀ ਕੀ ਲੋੜ? ਅੰਦਰ ਬੈਠ ਕੇ ਫੈਸਲਾ ਕਰਦੇ।
ਜੇ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਪਿਛਲੇ ਵੀਰਵਾਰ, ਹੁਣ ਫਿਰ ਵੀਰਵਾਰ ਆ ਚੱਲਿਆ, ਇਸ ਇੱਕ ਹਫ਼ਤੇ 'ਚ ਤੁਸੀਂ ਪਹਿਲਾਂ ਨਾਲ ਸਹਿਮਤੀ ਨਹੀਂ ਕਰ ਸਕੇ, ਹੁਣ ਉਹਨੂੰ ਕਹਿ ਦਿੰਦੇ ਜੀ ਦੋ ਦਿਨ ਖਲੋਜੋ, ਅਸੀਂ ਅਜੇ ਵਿਚਾਰਦੇ ਪਏ, ਤੁਸੀਂ ਨਾ ਕਹੋ ਜੀ। ਜੇ ਉਹ ਕਹਿ ਵੀ ਦਿੱਤਾ ਸੀ ਤਾਂ ਵਾਪਸੀ ਦਾ ਰਾਹ ਰੱਖਦੇ, ਕਹਿੰਦੇ ਜੀ ਕੋਈ ਨਹੀਂ ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਨਵਾਂ ਬਿਆਨ ਦੇਣਗੇ। ਉਹਦੀ ਗੱਲ ਕਹਿਣ ਤੋਂ ਬਾਅਦ ਫੌਜ ਦੇ ਬੁਲਾਰੇ ਵੱਲੋਂ ਉਹਦੀ ਗੱਲ ਕੱਟਣ ਵਾਸਤੇ ਉਚੇਚੇ ਤੌਰ 'ਤੇ ਬਿਆਨ ਦੇਣਾ, ਇਹ ਦੱਸਦਾ ਕਿ ਫੌਜ ਅਸਲ 'ਚ ਭਾਰਤ ਵਾਲਿਆਂ ਨੂੰ ਨਹੀਂ ਕਹਿ ਰਹੀ ਕਿ ਪਾਸਪੋਰਟ ਲੈ ਕੇ ਆਇਓ, ਫੌਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਹਿ ਰਹੀ ਆ ਕਿ ਮਰਜ਼ੀ ਤੇਰੀ ਨਹੀਂ ਚੱਲਣੀ, ਸਾਡੀ ਚੱਲਣੀ ਹੈ। ਸਾਡੇ ਵਾਲੇ ਪਾਸੇ ਵੀ ਇਹੋ ਹਾਲ ਹੈ, ਨਾ ਉੱਧਰ ਨਾ ਸਹਿਮਤੀ ਆ, ਨਾ ਇੱਧਰ ਸਹਿਮਤੀ ਆ, ਮਤਭੇਦ ਉੱਧਰ ਵੀ ਨੇ, ਮਤਭੇਦ ਇੱਧਰ ਵੀ ਨੇ। ਜਿਹੜੇ ਸਿੱਖਾਂ ਨੇ ਮੱਥਾ ਟੇਕਣ ਜਾਣਾ ਉਹ ਡੌਰ ਭੌਰੇ ਹੋਏ ਵੇਖਦੇ ਆ, ਕਦੇ ਉੱਧਰ ਨੂੰ ਕਦੇ ਉੱਧਰ ਨੂੰ ਝਾਕਦੇ ਆ, ਕਦੇ ਜਾਪਦਾ ਕਿ ਸਾਡੇ ਵਾਲਿਆਂ ਦੀ ਇਸ ਲੜਾਈ ਨੇ ਪਤਾ ਨਹੀਂ ਮੱਥਾ ਟੇਕਣ ਦੇਣਾ ਕਿ ਨਹੀਂ ਟੇਕਣਾ ਜੀ, ਕਦੇ ਜਾਪਦਾ ਕਿ ਉੱਧਰ ਵਾਲੀ ਉਸ ਦਿਨ ਤੱਕ ਕੋਈ ਚਾਂਦਰਾ ਚਾੜ ਦੇਣ। ਇਹ ਬੜਾ ਕੁਚੱਜਾ ਜਿਹਾ ਕੰਮ ਕੀਤਾ ਪਿਆ, ਚਾਹੀਦਾ ਆਇਆ ਸੀ ਕਿ ਇਹੋ ਜਿਹੇ ਲਾਂਘੇ ਦੇ ਉੱਤੇ ਸੁੱਖ ਸਾਂਦ ਰੱਖੀ ਜਾਂਦੀ। ਪਰ ਸੁੱਖ ਸਾਂਦ ਅਸੀਂ ਬੇਗਾਨਿਆਂ ਨੂੰ ਦੋਸ਼ ਕਿਉਂ ਦੇਣਾ, ਸਾਡੇ ਆਪਣੇ ਦੇਸ਼ ਦੇ ਵਿੱਚ ਕਿੰਨੀ ਕੁ ਸੁੱਖ ਸਾਂਦ ਜੀ। ਦਿੱਲੀ ਤੋਂ ਨਗਰ ਕੀਰਤਨ ਜਾਣਾ ਸੀ, ਇੱਕ ਨੇ ਤਿਆਰੀ ਕੀਤੀ, ਦੂਸਰੇ ਨੇ ਆਖਿਆ ਮੈਂ ਵੀ ਜਾਊਂ, ਜਦੋਂ ਦੂਸਰੇ ਦਾ ਰੁਕ ਗਿਆ ਤਾਂ ਉਹਨੇ ਆਖਿਆ ਕੋਈ ਨਹੀਂ ਤੂੰ ਜਾ ਕੇ ਵੇਖੀ। ਜਿਹੜਾ ਪਹਿਲਾਂ ਤਿਆਰੀ ਵਾਲਾ ਸੀ ਜਿਹਨੂੰ ਪਾਕਿਸਤਾਨ ਤੋਂ ਪਰਮਿਸ਼ਨ ਗਏ ਮਿਲੀ ਸੀ, ਉਹ ਵਾਹਗੇ ਬਾਰਡਰ 'ਤੇ ਲੈ ਗਿਆ, ਨਗਰ ਕੀਰਤਨ ਲੰਘਾ ਤਾ, ਉਹਨੂੰ ਆਖਿਆ ਤੈਨੂੰ ਜਾ ਸਕਦਾ, ਹਾਲਾਂਕਿ 15 ਦਿਨ ਪਹਿਲਾਂ ਉਹ ਪਾਕਿਸਤਾਨ ਤੋਂ ਗਿਆ ਸੀ। ਕਦੇ 2012 ਦਾ ਇੱਕ ਕੇਸ ਤਰ੍ਹਾਂ ਨਿਕਲਿਆ, 2012 ਦਾ ਕੇਸ 15 ਦਿਨ ਪਹਿਲਾਂ ਕਿਉਂ ਨਹੀਂ ਲੱਭਾ। ਹਰ ਗੱਲ 'ਚ ਇੱਕ ਦੂਸਰੇ ਦਾ ਰਸਤਾ ਕੱਟਣ, ਇੱਕ ਦੂਸਰੇ ਦੇ ਪੈਰ ਮਿੱਧਣ, ਇੱਕ ਦੂਸਰੇ ਨੂੰ ਠਿੱਬੀ ਲਾਉਣ, ਇੱਕ ਦੂਸਰੇ ਨੂੰ ਲੱਤ ਅੜਾਉਣ ਦੀ ਖੇਡ ਉੱਧਰ ਵੀ ਚੱਲਦੀ ਹੈ, ਇੱਧਰ ਵੀ ਚੱਲਦੀ ਹੈ। ਮੈਂ ਫਿਰ ਕਹਿੰਦਾ ਕਿ ਡਰ ਆ ਕਿ 12 ਤਰੀਕ ਸੁੱਖ ਸਾਂਦ ਨਾਲ ਲੰਘਣ ਦੇਣਗੇ ਕਿ ਨਹੀਂ ਲੰਘਣ ਦੇਣਗੇ ਜੀ। ਨਾ ਮੈਨੂੰ ਇੱਧਰਲਿਆਂ ਦੇ ਉੱਤੇ ਇੱਕ ਬਹੁਤਾ ਭਰੋਸਾ ਹੋ ਰਿਹਾ, ਨਾ ਉੱਧਰਾਂ 'ਤੇ ਮੈਨੂੰ ਦੋਵਾਂ ਪਾਸਿਆਂ ਤੋਂ ਜਾਪਦਾ ਕਿ ਅਜੇ ਤੱਕ ਵਿਘਨ ਦੇ ਖਦਸ਼ੇ ਜਿਹੜੇ ਆ ਉਹ ਦੂਰ ਨਹੀਂ ਹੋਏ ਜੀ। ਚਲੋ ਲਾਂਘੇ 'ਤੇ ਤਾਂ ਨਾ ਇਹ ਰਲਦੇ ਆ ਨਾ ਉਹ ਰਲਦੇ ਆ, ਪਰ ਵਿਧਾਨ ਸਭਾ ਦਾ ਸੈਸ਼ਨ ਹੋਇਆ ਜੀ ਕੱਲ੍ਹ, ਉੱਥੇ ਤਾਂ ਚਲੋ ਸਾਰੀਆਂ ਪਾਰਟੀਆਂ ਵੀ ਰਲ ਕੇ ਬੈਠੀਆਂ, ਹੋਰ ਕੁਛ ਨਹੀਂ, ਅਤੇ ਹਰਿਆਣੇ ਵਾਲੀ ਜਿਹੜੀ ਪਾਰਟੀ ਹੈ ਜੀ ਉਹਨਾਂ ਦੇ MLA ਸਾਹਿਬਾਨ ਅਤੇ ਮੁੱਖ ਮੰਤਰੀ ਰਾਜਪਾਲ ਹੋਰਾਂ ਨੂੰ ਵੀ ਸੱਦਿਆ, ਉੱਥੇ ਵਿਧਾਨ ਸਭਾ ਦੇ ਵਿੱਚ ਕੁਝ ਮਤੇ ਵੀ ਪਾਸ ਹੋਏ ਆ, ਕੁਝ ਬਿਆਨਬਾਜ਼ੀ ਵੀ ਹੋਈ ਆ, ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਉੱਥੇ ਜੋ ਕੁਛ ਸੀ ਚੰਗਾ ਚੰਗਾ ਹੋ ਗਿਆ, ਉੱਥੇ ਬਹੁਤ ਵੱਡਾ ਅਖਬਾਰਾਂ ਨੇ ਜਿਹੜਾ ਮੁੱਦਾ ਬਣਾਇਆ ਉਹ ਇਹ ਹੈ ਕਿ ਦੋਵਾਂ ਧਿਰਾਂ ਨੇ ਸਹਿਮਤੀ ਕਰ ਲਈ ਕਿ ਇੱਕ ਦੂਜੇ ਸਮਾਗਮ 'ਚ ਜਾਣਗੇ। ਇਹਦਾ ਮਤਲਬ ਕੀ ਨਿਕਲਦਾ? ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸਮਾਗਮ ਵੱਖ ਵੱਖ ਨਹੀਂ ਸੀ ਚਾਹੀਦੇ, ਜੇ ਤੁਸੀਂ ਸਾਡੇ ਸਮਾਗਮ 'ਚ ਨਹੀਂ ਆਉਣਾ ਅਸੀਂ ਤੁਹਾਡੇ ਸ਼੍ਰੋਮਣੀ ਕਮੇਟੀ ਵਾਲੇ ਸਮਾਗਮ 'ਚ ਆਵਾਂਗੇ, ਅਤੇ ਜੇ ਤੁਸੀਂ ਆਓ ਤਾਂ ਅਸੀਂ ਆਪਣੇ ਮੁੱਖ ਮੰਤਰੀ ਨੂੰ ਬੇਨਤੀ ਕਰ ਦਿੰਦੇ ਹਾਂ ਸਟੇਜ 'ਤੇ ਨਹੀਂ ਬੈਠਣਗੇ, ਥੱਲੇ ਸੰਗਤ ਵਿੱਚ ਬਹਿ ਜਾਣਗੇ, ਆ ਜਾਓ ਤੁਸੀਂ ਆ ਕੇ ਸਟੇਜ ਸੰਭਾਲ ਲਓ, ਪਰ ਸਾਡਾ ਲੱਗਾ ਪੰਡਾਲ ਵੱਲੋਂ। ਫਿਰ ਅਕਾਲੀ ਪਾਰਟੀ ਵੱਲੋਂ ਲੀਡਰ ਅਤੇ ਡਿਪਟੀ ਲੀਡਰ ਨਹੀਂ ਬੋਲੇ, ਬੋਲਿਆ ਬਿਕਮ ਸਿੰਘ ਮਜੀਠੀਆ, ਗਰੁੱਪ ਲੀਡਰ ਅਤੇ ਪਰਮਿੰਦਰ ਸਿੰਘ ਢੀਂਡਸਾ ਜੀ, ਡਿਪਟੀ ਲੀਡਰ ਪਵਨ ਕੁਮਾਰ ਟੀਨੂ ਆ। ਬਿਕਮ ਸਿੰਘ ਮਜੀਠੀਆ ਨੇ ਆਖਿਆ ਜੀ ਇੱਦਾਂ ਕਰੋ, ਤੁਹਾਡਾ ਜਿਹੜਾ ਸਰਕਾਰ ਦਾ ਸਮਾਗਮ ਅਸੀਂ ਉਹ 'ਚ ਆਉਣ ਨੂੰ ਤਿਆਰ ਹਾਂ, ਤੁਸੀਂ ਸਾਡੇ ਵਾਲੇ 'ਚ ਆ ਜਾਓ। ਸਾਡੇ ਵਾਲੇ ਦਾ ਕੀ ਮਤਲਬ? ਸ਼੍ਰੋਮਣੀ ਕਮੇਟੀ ਵਾਲਾ ਜੀ। ਸ਼੍ਰੋਮਣੀ ਕਮੇਟੀ ਬਨਾਮ ਸਰਕਾਰ, ਸ਼੍ਰੋਮਣੀ ਕਮੇਟੀ ਵੀ ਸੰਵਿਧਾਨਕ ਅਦਾਰਾ, ਸਰਕਾਰ ਬਨਾਮ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਬਨਾਮ ਸਰਕਾਰ। ਇਹ ਲਾਂਘੇ ਦੇ ਮੌਕੇ 'ਤੇ, ਗੁਰਪੁਰਬ ਦੇ ਮੌਕੇ 'ਤੇ, ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਇੱਕ ਦੂਸਰੇ ਨਾਲ ਜੋੜਨ ਦੀ ਗੱਲ ਹੈ ਕਿ ਬਨਾਮ ਕਰਨ ਦੀ ਗੱਲ ਸੀ? ਅਖੀਰ ਸਹਿਮਤੀ ਹੋ ਗਈ ਕਿ ਤੁਹਾਡੇ ਅਸੀਂ ਆ ਜਾਵਾਂਗੇ, ਸਾਡੇ ਤੁਸੀਂ ਆ ਜਾਓ ਜੀ, ਅਤੇ ਜੇ ਸਾਡੇ ਤੁਹਾਡੇ ਕਰਨਾ ਸੀ, ਉਹ ਪੰਜਾਬੀ ਦਾ ਮੁਹਾਵਰਾ ਜੀ ਭੱਜੀਆਂ ਬਾਈ ਗੱਲ ਨੂੰ ਆਉਂਦੀਆਂ, ਪਰ ਜੇ ਗੱਲ ਨੂੰ ਹੀ ਆਉਣਾ ਤਾਂ ਬਾਵਾਂ ਉੱਦਾਂ ਹੀ ਆ ਜਾਣਾ, ਭੰਨ ਕੇ ਲਿਆਉਣ ਦੀ ਕੀ ਲੋੜ ਹੈ ਜੀ? ਇੰਨਾ ਕੁਛ ਕੀਤਾ ਕਿਉਂ ਗਿਆ? ਕਰੋੜਾਂ ਰੁਪਈਆ ਆਮੋ ਸਾਹਮਣੇ ਰੋੜਿਆ ਕਿਉਂ ਗਿਆ? ਇਹ ਸਾਂਝੇ ਥਾਂ 'ਤੇ ਲੱਗਦਾ ਇੱਕ ਸਾਂਝਾ ਪੰਡਾਲ ਬਣਦਾ, ਬਾਕੀ ਦਾ ਪੈਸਾ ਦੋਵੇਂ ਤਰ੍ਹਾਂ ਪਾ ਕੇ ਇੱਕ ਸਾਂਝਾ ਉੱਥੇ ਹਸਪਤਾਲ ਬਣਾਉਣ ਦੇ, ਇੱਕ ਹੋਰ ਚੰਗਾ ਪ੍ਰੋਜੈਕਟ ਖੋਲ ਦੇ, ਇਹ ਪੈਸਾ ਲਾਉਣ ਦੀ ਕੀ ਲੋੜ ਸੀ? ਹਾਂ, ਜਿਹੜੀਆਂ ਦੋ ਗੱਲਾਂ ਉੱਥੇ ਨੋਟ ਕਰਨ ਵਾਲੀਆਂ ਉਹ ਇਹ ਕਿ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਜੀ 93 ਸਾਲ ਹੋ ਗਈ ਆ ਮੇਰੀ ਉਮਰ, ਮੈਂ ਬੜਾ ਲੰਮਾ ਸਮਾਂ ਅਸੈਂਬਲੀ 'ਚ ਰਿਹਾ, ਉਦੋਂ ਵੀ ਜਦੋਂ ਸਾਂਝੀ ਹੁੰਦੀ ਸੀ ਅਤੇ ਉਦੋਂ ਵੀ ਜਦੋਂ ਵੱਖਰੀ ਸੀ ਜੀ, ਮੈਂ ਸੇਵਾ ਕੀਤੀ ਹੈ, ਮੈਂ ਕਹਿਣਾ ਚਾਹੁੰਦਾ ਕਿ ਜੇ ਮੇਰੇ ਤੋਂ ਕਦੇ ਕੋਈ ਗਲਤੀ ਹੋ ਗਈ ਹੋਵੇ ਮਾਫ਼ੀ ਚਾਹੁੰਦਾ, ਚਲੋ ਮਾਮਲਾ ਖਤਮ ਹੋ ਗਿਆ। ਦੂਸਰੀ ਗੱਲ ਉੱਥੇ ਚਰਚਾ ਦਾ ਵਿਸ਼ਾ ਬਣੀ ਹੈ ਕਿ ਦਰਬਾਰ ਸਾਹਿਬ ਤੋਂ ਹੁੰਦਾ ਕੀਰਤਨ ਸਿਰਫ ਇੱਕ TV ਚੈਨਲ ਤੱਕ ਸੀਮਤ ਕਿਉਂ ਕੀਤਾ, ਜਦੋਂ ਗੁਰਬਾਣੀ ਸਾਰੀ ਦੁਨੀਆਂ 'ਚ ਚਾਨਣ ਵੰਡਣ ਵਾਲੀ ਹੈ ਜੀ, ਅਤੇ ਫਿਰ ਖੁੱਲ੍ਹ ਦੇਣੀ ਚਾਹੀਦੀ ਹੈ ਕਿ ਬਾਕੀ ਦੇ ਚੈਨਲ ਵੀ ਉੱਥੇ ਜਾ ਕੇ ਕਰ ਸਕਣ, ਅਤੇ ਇਹਦੇ ਉੱਤੇ ਸਰਬਸੰਮਤੀ ਨਾਲ ਮਤਾ ਪਾਸ ਹੋ ਗਿਆ
ਇਹ ਸਰਵਸੰਮਤੀ ਦਾ ਮਤਾ ਅੱਗੋਂ ਸ਼੍ਰੋਮਣੀ ਕਮੇਟੀ ਲਾਗੂ ਕਰਦੀ ਹੈ ਕਿ ਨਹੀਂ ਕਰਦੀ, ਜਾਂ ਜਿਹੜੇ ਕਹਿੰਦੇ ਆ ਕਿ ਸਾਡੀ ਸਟੇਜ 'ਤੇ ਆ ਜਾਓ, ਸ਼੍ਰੋਮਣੀ ਕਮੇਟੀ ਸਟੇਜ ਨੂੰ ਸਾਡੀ ਕਹਿੰਦੇ ਆ, ਉਹ ਕੱਲ੍ਹ ਨੂੰ ਮੰਨਣਗੇ ਕਿ ਨਹੀਂ, ਇਹ ਅਜੇ ਅਮਲ 'ਚ ਵੇਖਾਂਗੇ ਜੀ। ਪਰ ਸਾਹਿਬ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੀ ਬਣੂਗਾ, ਕੀ ਜਾਪਦਾ ਹੈ? ਕਿਉਂਕਿ ਉਹ ਬੰਦਾ ਇੱਕ ਚਿੱਠੀ ਲਿਖਦਾ ਪੰਜਾਬ ਸਰਕਾਰ ਨੂੰ, ਦੂਜੀ ਚਿੱਠੀ ਲਿਖਦਾ ਕੇਂਦਰ ਸਰਕਾਰ ਨੂੰ, ਜਦੋਂ ਦੋਵਾਂ ਦਾ ਕੁਛ ਨਹੀਂ ਆਉਂਦਾ ਤਾਂ ਤੀਸਰੀ ਚਿੱਠੀ ਫਿਰ ਲਿਖਦਾ ਵੀ ਮੈਨੂੰ ਇੱਧਰ ਦੀ ਜਾ ਲੈਣ ਦਿਓ ਜਾਂ ਉੱਧਰ ਦੀ ਜਾ ਲੈਣ ਦਿਓ ਜਾਂ ਫਿਰ ਮੈਂ ਇੱਧਰ ਦੀ ਜਾ ਕੇ ਉੱਧਰ ਦੀ ਆ ਜੂੰਗਾ। ਤੁਹਾਨੂੰ ਕੀ ਲੱਗਦਾ ਵੀ ਇੱਧਰ ਦੀ ਉੱਧਰ ਦੀ ਦੇ ਵਿੱਚ ਜਾਣ ਵੀ ਦੇਣਗੇ ਬੰਦੇ ਨੂੰ ਕਿ ਨਹੀਂ? ਦੇਖੋ, ਮੈਨੂੰ ਅਜੇ ਤੱਕ ਲੱਗਦਾ ਕਿ ਉਸ ਬੰਦੇ ਨੂੰ ਜਾਣ ਤੋਂ ਰੋਕਿਆ ਜਾ ਸਕਦਾ ਜੀ। ਉਹਦਾ ਬੰਦਾ ਕੁਛ ਅੱਜ ਕਰਦਾ ਪਿਆ, ਜਿਹਨੇ ਜਾਣਾ ਹੀ ਹੋਵੇ ਇੱਥੋਂ ਵਾਲੇ ਲਾਂਘੇ ਤਾਂ ਰੋਕ ਸਕਦੇ ਜੀ। ਉਹ ਆਖੇ ਮੈਂ ਸਿੰਗਾਪੁਰ ਚੱਲਿਆ ਜੀ, ਸਿੰਗਾਪੁਰ 'ਤੇ ਜਾਣ ਤੋਂ ਤਾਂ ਨਹੀਂ ਰੋਕਣਗੇ, ਆਖੇ ਮੈਂ ਡੁਬਈ ਚੱਲਿਆ ਉੱਥੇ ਜਾਣ ਤੋਂ ਤਾਂ ਨਹੀਂ ਰੋਕਣਗੇ ਜੀ। ਇੱਥੇ ਬੜੇ ਲੋਕ ਜਿਹੜਾ ਡੁਬਈ ਜਾਂਦੇ ਅਤੇ ਮੁੜ ਕੇ ਪਾਕਿਸਤਾਨ ਚੱਲ ਜਾਂਦੇ ਅਤੇ ਮੁੜ ਕੇ ਫਿਰ ਡੁਬਈ ਅਤੇ ਡੁਬਈ ਤੋਂ ਦਿੱਲੀ ਆ ਜਾਂਦੇ ਜੀ। ਜੇ ਡੁਬਈ ਚੱਲ ਜਾਏ ਤਾਂ ਉੱਥੋਂ ਅੱਗੇ ਉਹਨੇ ਕਿਧਰ ਜਾਣਾ, ਫਿਰ ਉਹਨੂੰ ਪੁੱਛਣ ਦੀ ਲੋੜ ਨਹੀਂ ਰਹੂਗੀ ਜੀ। ਉਹ ਅਜੇ ਤੱਕ ਅਸੂਲਾਂ ਦੇ ਮੁਤਾਬਕ ਚੱਲਣਾ ਚਾਹੁੰਦਾ। ਅਸੂਲ ਇਹ ਕਹਿੰਦਾ ਕਿ ਜਿੱਥੇ ਜਾਣਾ ਜੀ ਤੂੰ ਚੁਣਿਆ ਨੁਮਾਇੰਦਾ ਆਪਣੇ ਦੇਸ਼ ਦੀ ਸਰਕਾਰ ਤੋਂ ਪੋਲੀਟੀਕਲ ਕਲੀਅਰੈਂਸ ਲੈ ਕੇ ਜਾ। ਉਹਨੇ ਅਪਲਾਈ ਕਰਤਾ। ਅੱਜ ਦੀ ਤਰੀਕ 'ਚ ਲੋਕ ਭਾਵੇਂ ਉਹਨੂੰ ਜੋ ਮਰਜ਼ੀ ਸਮਝਦੇ ਹੋਣ ਸਿਰ 'ਤੇ ਚੁੱਕੀ ਫਿਰਨ, ਸਿਆਸੀ ਲੀਡਰਾਂ ਦੇ ਵਿੱਚ ਬਹੁਤ ਜ਼ਿਆਦਾ ਅਣਚਾਹਿਆ ਬੰਦਾ ਜੀ। ਅਕਾਲੀ ਉਹਨੂੰ ਪਸੰਦ ਨਹੀਂ ਕਰਦੇ ਔਰ ਭਾਜਪਾ ਦੇ ਵਿੱਚੋਂ ਉਹ ਨਿਕਲਿਆ ਨਹੀਂ ਸੀ, ਭਾਜਪਾ ਨੇ ਉਹਨੂੰ ਕੱਢਿਆ ਨਹੀਂ ਸੀ, ਅਕਾਲੀਆਂ ਨੇ ਕਢਵਾਇਆ ਸੀ ਜੀ। ਇਹ ਐਮ ਪੀ ਹੁੰਦਾ ਸੀ, ਇਹਦੇ ਕੋਟੇ ਵਿੱਚੋਂ ਆਏ ਪੈਸਿਆਂ ਨਾਲ ਇਹਦੇ ਅਲਾਟ ਕੀਤੇ ਅਤੇ ਦਿੱਤੇ ਚੈੱਕ ਨਾਲ ਅੰਮ੍ਰਿਤਸਰ 'ਚ ਪੁਲ ਦੀ ਮੁਰੰਮਤ ਹੋਈ। ਉਦਘਾਟਨ ਵਾਲੇ ਦਿਨ ਇਹ ਭੀੜ ਵਿੱਚ ਖਲੋਤਾ ਸੀ, ਇਹਦੇ ਕੋਲ ਦੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਲੰਘ ਗਏ ਹੱਸ ਕੇ ਅਤੇ ਜਾ ਕੇ ਉਦਘਾਟਨ ਕਰਕੇ ਆਏ, ਅਤੇ ਜਦੋਂ ਮੁੜ ਕੇ ਜਾਣ ਲੱਗੇ ਆ ਅਤੇ ਸੁਖਬੀਰ ਸਿੰਘ ਬਾਦਲ ਨੇ ਛੇੜਨ ਵਾਸਤੇ ਆਖਿਆ ਸੀ, ਹਾਂ ਕੀ ਹਾਲ ਆ ਸਿੱਧੂ ਸਾਹਿਬ ਜੀ, ਚੇਤਾ। ਉਦੋਂ ਬਾਅਦ ਇਸ ਮਸਲੇ 'ਤੇ ਚੰਡੀਗੜ੍ਹ 'ਚ ਭਾਜਪਾ ਦਫ਼ਤਰ 'ਚ ਮੀਟਿੰਗ ਹੋਈ। ਇੱਕ ਕਮਰੇ 'ਚ ਸਾਰੀ ਭਾਜਪਾ ਮੀਟਿੰਗ ਕਰਦੀ ਪਈ ਸੀ ਅਕਾਲੀਆਂ ਨਾਲ ਸੰਬੰਧ ਕੀ ਹੋਣ, ਅਤੇ ਇੱਕ ਕਮਰੇ 'ਚ ਸਿੱਧੂ ਇਕੱਲਾ ਬੈਠਾ, ਕ੍ਰਿਕਟ ਦਾ ਸ਼ੋਅ ਵੇਖ ਰਿਹਾ ਸੀ ਟੀ ਵੀ ਦੇ ਉੱਤੇ। ਇਹਨੂੰ ਕਹਿੰਦੇ ਸੀ, ਸਿੱਧੂ ਸਾਹਿਬ ਤੁਹਾਨੂੰ ਮੀਟਿੰਗ 'ਚ ਸੱਦਦੇ ਹਾਂ। ਹਾਰ ਕੇ ਨੇ ਵਾਹਵਾ ਚਿਰ ਬਾਅਦ ਆ ਕੇ ਪੁੱਛਿਆ ਕਿ ਮੈਂ ਕਦੋਂ ਕਹਾਂ ਜੀ, ਮੈਨੂੰ ਕਦੋਂ ਸਦੋਂਗੇ? ਕਹਿੰਦੇ ਕਾਹਦੇ ਲਈ ਮੀਟਿੰਗ 'ਤੇ ਚਲੀ ਗਈ, ਉਹ ਸਾਰੇ ਘਰੋ ਘਰ ਵੀ ਲੁਕ ਚਲੇ ਗਏ ਜੀ। ਉਦੋਂ ਇਹਨੂੰ ਸਮਝ ਲੱਗੀ ਸੀ ਕਿ ਹੁਣ ਪਾਰਟੀ ਛੱਡ ਜਾਣੀ ਚਾਹੀਦੀ ਹੈ। ਇਹ ਕਾਂਗਰਸ ਵਿੱਚ ਆ ਗਿਆ, ਇੱਥੇ ਜਦੋਂ ਤੋਂ ਆਇਆ ਇੱਥੇ ਵੀ ਅਣਚਾਹਿਆ ਬੰਦਾ। ਇਹ ਪਾਕਿਸਤਾਨ ਚਲਾ ਗਿਆ, ਉੱਥੇ ਇਹਦਾ ਪਰਛਾਵਾਂ ਵੀ ਜਿਹੜਾ ਬਾਕੀਆਂ ਦੇ ਉੱਚੇ ਕੱਦਾਂ ਨਾਲੋਂ ਇਹਦਾ ਪਰਛਾਵਾਂ ਵੀ ਉੱਚਾ ਹੋ ਜਾਂਦਾ ਜੀ। ਹੁਣੇ ਪਤਾ ਕਿ ਪਿਛਲੀ ਵਾਰੀ ਜਦੋਂ ਉਸ ਲਾਂਘੇ ਦਾ ਨੀਂਹ ਪੱਥਰ ਕਰਤਾਰਪੁਰ ਰੱਖਿਆ ਗਿਆ, ਉੱਥੇ ਵੱਡੇ ਕੱਦਾਂ ਵਾਲੇ ਲੋਕ ਵੀ ਗਏ ਸੀ ਅਤੇ ਸਿੱਧੂ ਦਾ ਪਰਛਾਵਾਂ ਉਹਨਾਂ ਤੋਂ ਉੱਚਾ ਹੋ ਗਿਆ ਜੀ। ਅਤੇ ਇਮਰਾਨ ਖਾਨ ਨੇ ਥੋੜ੍ਹਾ ਜਿਹਾ ਹੋਰ ਉੱਚਾ ਕਰਤਾ ਸੀ ਜਦੋਂ ਉਹਨੇ ਕਿਹਾ ਸੀ, ਆ ਮੇਰਾ ਮਿੱਤਰ ਬੈਠਾ ਨਵਜੋਤ ਸਿੰਘ ਸਿੱਧੂ, ਜੇ ਪਾਕਿਸਤਾਨ 'ਚ ਆ ਕੇ ਚੋਣ ਲੜੇ ਤਾਂ ਇੱਥੇ ਵੀ ਜਿੱਤ ਸਕਦਾ ਜੀ। ਅਤੇ ਇਹਨਾਂ ਨੂੰ ਪਤਾ ਕਿ ਜੇ ਸਿੱਧੂ ਹੁਣ ਫਿਰ ਉੱਥੇ ਚਲਾ ਗਿਆ ਤਾਂ ਕੀ ਬਣੂ? ਸਿੱਧੂ ਦੀ ਰਾਜਨੀਤੀ ਕੁਛ ਹੋਵੇ, ਠੀਕ ਹੋਵੇ, ਗਲਤ ਹੋਵੇ, ਜੋ ਮਰਜ਼ੀ ਹੋਵੇ, ਮੈਂ ਉੱਥੇ ਟਿੱਪਣੀ ਨਹੀਂ ਕਰਦਾ। ਪਰ ਇਹ ਗੱਲ ਠੀਕ ਆ ਕਿ ਇੱਥੋਂ ਦੇ ਬਹੁਤ ਸਾਰੇ ਲੀਡਰਾਂ ਨੂੰ ਹਜ਼ਮ ਨਹੀਂ ਹੁੰਦਾ। ਅਰਵਿੰਦ ਕੇਜਰੀਵਾਲ ਦੀ ਪਾਰਟੀ 'ਚ ਗਿਆ ਸੀ, ਉਹਨੇ ਵੀ ਜਾਂਦਿਆਂ ਸਾਰੀ ਪਹਿਲਾਂ ਸ਼ਰਤਾਂ ਲਾਤੀਆਂ ਕਿ ਆਹ ਸਾਡੀ ਸ਼ਰਤ ਮੰਨ, ਫਿਰਤ ਨੂੰ ਅਸੀਂ ਪਾਰਟੀ 'ਚ ਲਵਾਂਗੇ, ਫਿਰਤ ਨੂੰ ਇਹ ਟਿਕਟ ਦਿਆਂਗੇ। ਅਤੇ ਇਹਨੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਸੀ ਕਿ ਕੇਜਰੀਵਾਲ ਸਾਹਿਬ ਮੈਨੂੰ ਬੈਟਿੰਗ ਸ਼ੁਰੂਆਤ ਕਰਨ ਤੋਂ ਪਹਿਲਾਂ, ਬੈਟ ਖੇਡਣ ਤੋਂ ਪਹਿਲਾਂ ਹੀ, ਇੱਕ ਵੀ ਬਾਲ ਖੇਡਣ ਤੋਂ ਪਹਿਲਾਂ ਹੀ ਮੈਨੂੰ ਇਹ ਰਿਟਾਇਰ ਕਰਨਾ ਚਾਹੁੰਦੇ ਆ, ਅਤੇ ਮੈਂ ਕਿੱਦਾਂ ਨਾ ਜਾਵਾਂ? ਇਸ ਵੇਲੇ ਉਹਨੇ ਪਹਿਲਾਂ ਉਹਨੇ ਚਿੱਠੀ ਲਿਖੀ ਕਿ ਮੈਨੂੰ ਸੱਦਾ ਆਇਆ, ਉਹਨੂੰ ਅੱਗੋਂ ਆਖਿਆ ਗਿਆ ਕਿ ਸੱਦਾ ਪੱਤਰ ਵਿਖਾ, ਉਹਨੇ ਆਖਿਆ ਟੈਲੀਫੋਨ 'ਤੇ ਆਇਆ, ਫਿਰ ਸੱਦਾ ਪੱਤਰ ਆ ਗਿਆ, ਉਹਨੇ ਉਹ ਭੇਜਿਆ, ਮੁੜ ਕੇ ਸਰਕਾਰ ਚੁੱਪ ਕਰ ਗਈ। ਹੁਣ ਤੀਜੀ ਚਿੱਠੀ ਉਹਨੇ ਲਿਖਤੀ ਆ ਕਿ ਮੈਨੂੰ ਹਾਂ ਜਾਂ ਨਾ ਦਾ ਕੋਈ ਜਵਾਬ ਤਾਂ ਦੇ ਦਿਓ ਜੀ। ਮੈਨੂੰ ਲੱਗਦਾ ਇਹ ਆ ਕਿ ਜਿਹੜੀ ਪਰਮਜੀਤ ਸਿੰਘ ਸਰਨੇ ਨਾਲ ਹੋਈ ਆ ਜੀ, ਉਹ ਜਿੱਦਾਂ ਸਰਨੇ ਦਾ ਸਰ ਗਿਆ, ਇੱਦਾਂ ਸਿੱਧੂ ਨੂੰ ਵੀ ਐਂ ਸਰਹੱਦ ਤੋਂ ਮੋੜਿਆ ਜਾ ਸਕਦਾ ਆਖਰੀ ਵਕਤ। ਅੱਛਾ ਜੀ, ਇਹ ਤਰੀਕੇ ਹੁੰਦੇ ਆ ਬੰਦੇ ਨੂੰ ਸਿੱਧਾ ਕਹਿਣ ਦੇ ਬਜਾਏ ਐਨ ਆਖਰੀ ਵਕਤ ਕਹੋ ਜੀ, ਕਾਗਜ਼ ਹੀ ਉਦੋਂ ਆਏ, ਤੂੰ ਜਾ ਹੀ ਨਹੀਂ ਸਕਦਾ, ਹੁਣ ਅਸੀਂ ਕੀ ਕਰੀਏ ਜੀ। ਅਜੇ ਤੱਕ ਅੜਿੱਕਾ ਪਿਆ, ਜੇ ਤਾਂ ਦਿੱਲੀ ਦੀ ਮੇਅਰ ਹੋ ਜੇ ਅੱਜ ਰਾਤ ਨੂੰ ਉਹਨੂੰ ਪਰਮਿਸ਼ਨ ਮਿਲ ਸਕਦੀ ਹੈ ਜੀ, ਨਾ ਹੋਵੇ ਆਖਰੀ ਵਕਤ ਵੀ ਜਾ ਕੇ ਇਹ ਹੋ ਸਕਦਾ ਕਿ ਉਹ ਨਾਤਾ ਧੋਤਾ ਬੈਠਾ ਰਹਿ ਜੇ। ਚਲੋ, ਅਗਲੀ ਗੱਲ ਤੁਹਾਨੂੰ ਮੈਂ ਪੁੱਛਣੀ ਚਾਹੁੰਦਾ ਹੈ ਕਿ ਸੁਪਰੀਮ ਕੋਰਟ ਬੜੀ ਸਖ਼ਤ ਆ ਪਰਾਲੀ ਦੇ ਮੁੱਦੇ 'ਤੇ, ਪੰਜਾਬ ਨੂੰ, ਹਰਿਆਣੇ ਨੂੰ, ਦਿੱਲੀ ਨੂੰ, ਸਾਰਿਆਂ ਨੂੰ ਝਾੜ ਪਾਈ,
ਨਾਲ ਦੀ ਨਾਲ ਜਿਹੜਾ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ ਕਿਸਾਨ ਨੇ ਜਦੋਂ ਕਹਿੰਦੇ ਆ ਕਿ ਵੀ ਸਾਨੂੰ ਤੁਸੀਂ ਦਿੰਦੇ ਕੱਖ ਨਹੀਂ ਅਤੇ ਜੇ ਅਸੀਂ ਹੋਰ ਖਰਚਾ ਕਰੀ ਜਾਈਏ, ਪਹਿਲੀ ਬੀਜੀ ਫਸਲ ਜੋ ਵੇਚਿਆ ਵੱਟਿਆ ਉਹ 'ਚੋਂ ਬਚਿਆ ਕੁਝ ਨਹੀਂ, ਤੁਸੀਂ ਕਹਿੰਦੇ ਉੱਪਰ ਹੋਰ ਅਗਲੀ ਫਸਲ 'ਤੇ ਖਰਚਾ ਕਰ ਲਓ, ਸਾਡਾ ਕੋਈ ਬਾਂਹ ਫੜੋ, ਅਸੀਂ ਵੀ ਆਪਣਾ ਕੁਛ ਨਾ ਕੁਛ ਹੱਕ ਅਦਾ ਕਰ ਦਿੰਦੇ ਹਾਂ। ਉਹਦਾ 100 ਰੁਪਏ ਦੇ ਬੋਨਸ ਦੀ ਗੱਲ ਚੱਲੀ ਆ, ਉਹ ਕੋਈ ਬਹੁਤੀ ਨਾ ਤਾਂ ਚਰਚਾ 'ਚ ਆ ਨਾ ਉੱਤੇ ਕਿਸੇ ਨੇ ਬਿਆਨ ਨਹੀਂ ਦਿੱਤਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਪਤਾ 3 ਦਿਨ ਪਹਿਲਾਂ ਅਸੀਂ ਇਸ ਗੱਲ 'ਤੇ ਚਰਚਾ ਕਰਕੇ ਹਟੇ ਹਾਂ ਕਿ 2 ਦਿਨ ਪਹਿਲਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ ਜੀ, ਕੈਪਟਨ ਅਮਰਿੰਦਰ ਸਿੰਘ ਦੀਆਂ 100 ਗੱਲਾਂ ਨਾਲ ਮਤਭੇਦ ਹੋ ਸਕਦੇ ਆ, ਪਰ ਉਹਦੇ ਵਿੱਚ ਇੱਕ ਉਹਨੇ ਲਫ਼ਜ਼ ਵਰਤਿਆ ਕਿ ਪੰਜਾਬ ਦੇ ਕਿਸਾਨਾਂ ਦੀ ਬਦਕਿਸਮਤੀ ਆ ਕਿ ਉਹ ਥੈਂਕਲੈਸ ਨਾ ਸ਼ੁਕਰੇ ਦੇਸ਼ ਦੇ ਕਿਸਾਨ ਨੇ, ਸਾਰੇ ਦੇਸ਼ ਦਾ ਢਿੱਡ ਵੀ ਭਰਦੇ ਆ ਅਤੇ ਉਹਨਾਂ ਦੀ ਕੋਈ ਕਦਰ ਵੀ ਨਹੀਂ ਪਾਉਂਦਾ ਜੀ। ਤੁਸੀਂ ਸਾਰੇ ਉਹਨਾਂ ਨੂੰ ਆਖੀ ਜਾਂਦੇ ਆ ਪਰਾਲੀ ਕੋ ਸਾੜੀ, ਪਰਾਲੀ ਕੋ ਸਾੜੀ, ਪ੍ਰਧਾਨ ਮੰਤਰੀ ਨੇ ਹੁਣ ਤੱਕ ਕਦੇ ਮੀਟਿੰਗ ਕਰਾਈ ਆ? ਕੋਈ ਸਲਾਹ ਦਿੱਤੀ, ਕੋਈ ਸੁਝਾਅ ਦਿੱਤੇ, ਕੋਈ ਸਾਡੀ ਰਾਏ ਪੁੱਛੀ ਆ? ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ ਕਰਦੇ ਹੋ। ਉਹਦੇ ਵਿੱਚ ਉਹਨੇ ਆਖਿਆ ਸੀ ਕਿ ਮੈਂ ਤੁਹਾਨੂੰ ਕਈ ਵਾਰ ਪਹਿਲਾਂ ਕਹਿ ਚੁੱਕਾ ਕਿ 100 ਰੁਪਇਆ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਬੋਨਸ ਦੇ ਦਿਓ, ਇਹਨਾਂ ਨੂੰ ਖਰਚਾ ਮਿਲੇ ਅਤੇ ਪਰਾਲੀਆਂ ਨਾ ਸਾੜਨਗੀਆਂ, ਤੁਸੀਂ ਦਿੰਦੇ ਕਿਉਂ ਨਹੀਂ ਜੀ? ਜਿਹੜੀ ਚਿੱਠੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਖੀ, ਉਹਦੇ ਤੋਂ 3 ਦਿਨ ਬਾਅਦ ਸੁਪਰੀਮ ਕੋਰਟ ਦਾ ਫੈਸਲਾ, ਲਗਭਗ ਇੰਨ ਬਿੰਨ ਉਹ ਆਉਂਦਾ, ਸਭ ਤੋਂ ਵੱਧ ਝਾੜਾਂ ਪਈਆਂ ਨੇ ਉਸ ਅਫਸਰ ਨੂੰ ਜਿਹੜਾ ਅਮਰਿੰਦਰ ਸਿੰਘ ਦੀ ਸਰਕਾਰ ਦਾ ਸਭ ਤੋਂ ਵੱਡਾ ਅਫਸਰ ਹੈ ਜੀ। ਇਹਦਾ ਮਤਲਬ ਅਮਰਿੰਦਰ ਸਿੰਘ ਦੇ ਉੱਤੇ ਵੀ ਸੁਪਰੀਮ ਕੋਰਟ ਨਾਰਾਜ਼ ਹੋਈ, ਕਿਉਂਕਿ ਉਹਦੇ ਚੀਫ ਸੈਕਟਰੀ ਨੂੰ ਆਖਿਆ ਤੈਨੂੰ ਖੜ੍ਹੇ ਖੜ੍ਹੇ ਨੂੰ ਸਸਪੈਂਡ ਕਰ ਸਕਦੇ ਆ, ਤੁਸੀਂ ਉੱਚੇ ਟਾਵਰਾਂ 'ਚ ਬੈਠੇ, ਤੁਹਾਨੂੰ ਪਤਾ ਨਹੀਂ ਕਿਸਾਨਾਂ ਦਾ ਹਾਲ ਕੀ ਆ, ਤੁਹਾਨੂੰ ਪਤਾ ਨਹੀਂ ਲੋਕ ਕਿੱਥੇ ਵੱਸਦੇ ਆ। ਨਾਲ ਇਹ ਆਰਡਰ ਕਰਤਾ ਕਿ ਸਾਰਿਆਂ ਨੂੰ 100 ਰੁਪਇਆ ਕੁਇੰਟਲ ਦਾ ਬੋਨਸ ਦਿਓ, ਇਹ ਵੀ ਕਹਿਤਾ ਕਿ ਅਸੀਂ ਤੁਹਾਡੇ ਤੋਂ ਇਹ ਨਹੀਂ ਸੁਣਨਾ ਚਾਹੁੰਦੇ ਕਿ ਸਾਡੇ ਕੋਲ ਫੰਡ ਹੈ ਨਹੀਂ ਜੀ। ਪਰ ਅਗਲੀ ਗੱਲ ਇਹ ਆ ਕਿ ਅਮਰਿੰਦਰ ਸਿੰਘ ਨੇ ਇਹ ਤਾਂ ਨਹੀਂ ਆਖਿਆ ਕਿ ਅਸੀਂ ਬੋਨਸ ਦੇਣਾ ਚਾਹੁੰਦੇ ਹਾਂ, ਅਮਰਿੰਦਰ ਸਿੰਘ ਨੇ ਕੇਂਦਰ ਨੂੰ ਆਖਿਆ ਸੀ ਕਿ ਤੁਸੀਂ ਬੋਨਸ ਦਿਓ। ਹੁਣ ਉਹ ਜਿਹੜਾ ਹੁੰਦਾ ਸੀ ਨਾ ਕਿ ਜਿਹੜਾ ਬੋਲੇ ਅਤੇ ਉਹ ਹੀ ਕੁੰਡਾ ਖੋਲ੍ਹੇ ਜੀ, ਕਿਉਂਕਿ ਅਮਰਿੰਦਰ ਸਿੰਘ ਨੇ ਬੋਨਸ ਦੀ ਗੱਲ ਕੀਤੀ ਸੀ, ਕੇਂਦਰ ਸਰਕਾਰ ਪਾਸੇ ਰਹਿ ਗਿਆ, ਕੋਰਟ ਦਾ ਫੈਸਲਾ ਆ ਗਿਆ, ਉਹ 100 ਰੁਪਇਆ ਦੇਣ ਵਾਲਾ ਕੁੰਡਾ ਵੀ ਅਮਰਿੰਦਰ ਸਿੰਘ ਨੂੰ ਖੁੱਲ੍ਹਣਾ ਪੈਣਾ। ਮਨਪ੍ਰੀਤ ਸਿੰਘ ਬਾਦਲ 1000 ਵਾਰੀ ਆਖੇ ਖਜ਼ਾਨੇ 'ਚ ਪੈਸਾ ਹੈ ਨਹੀਂ, ਉਹ ਕਹਿਣਗੇ ਕੋਈ ਨਹੀਂ, ਵਿਧਾਇਕਾਂ ਦੀਆਂ ਤਨਖਾਹਾਂ 1 ਮਹੀਨਾ ਰੋਕ ਲਓ, ਇਹ ਹੁਣ ਦੇਣਾ ਪੈਣਾ। ਅੱਛਾ, ਅਤੇ ਜੇ ਇਹਦੇ ਤੋਂ ਬਾਅਦ ਕੋ ਰਾਹ ਨਿਕਲਾ ਵੇ ਤਾਂ ਕੱਢਣਾ ਚਾਹੀਦਾ। ਪ੍ਰਦੂਸ਼ਣ ਨਾਲ ਤੰਗ ਤਾਂ ਸਾਰੇ ਹੀ ਹੈ, ਪਰ ਇਹਦੇ 'ਚ ਉਹ ਲੋਕਾਂ ਦੀ, ਬਾਕੀਆਂ ਦੀ ਤੰਗੀ ਹਰ ਕੋਈ ਵੇਖਦਾ, ਕਿਸਾਨ ਦੀ ਤੰਗੀ ਕੋਈ ਨਹੀਂ ਵੇਖ ਰਿਹਾ। ਇਸ ਪੱਖ ਤੋਂ ਕੋਰਟ ਦਾ ਫੈਸਲਾ ਠੀਕ ਆ ਜੀ। ਆਖਰੀ ਗੱਲ ਪਨਸੋ ਮੈਂ ਪੁੱਛਣੀ ਚਾਹੁੰਦਾ, ਭਾਜਪਾ ਮੇਰੇ ਖਿਆਲ ਜਦੋਂ ਤੋਂ ਸੱਤਾ 'ਚ ਆਈ ਆ ਉਹਨਾਂ ਕੋਲ ਇੱਕੋ ਹੀ ਨਾਰਾ ਕਿ ਆਪਾਂ ਕਾਂਗਰਸ ਮੁਕਤ ਭਾਰਤ ਬਣਾਉਣਾ। ਚਲੋ ਭਾਰਤ ਦੇ ਵਿੱਚੋਂ ਤਾਂ ਮੁਕਤ ਕਰੀ ਜਾਂਦੇ ਆ, ਪਰ ਹੌਲੀ ਹੌਲੀ ਹੁਣ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਵੀ ਕਾਂਗਰਸ ਦੀ ਮੁਕਤੀ ਕਰੀ ਜਾਂਦੇ ਆ। ਜਿੱਦਾਂ ਹੁਣ ਜਵਾਹਰ ਲਾਲ ਨਹਿਰੂ ਮੈਮੋਰੀਅਲ ਜਿਹੜੀ ਸੰਸਥਾ, ਉਹਦੇ 'ਚੋਂ ਵੀ ਇੱਕ ਤਰ੍ਹਾਂ ਨਾਲ ਜਿੰਨੇ ਕਾਂਗਰਸੀ ਸੀ ਸਾਰੇ ਉਹ ਬਾਹਰ ਕਰ ਦਿੱਤੇ ਗਏ ਅਤੇ ਉਹਨੂੰ ਵੀ ਕਾਂਗਰਸ ਮੁਕਤ ਕਰ ਦਿੱਤਾ, ਇਹਨੂੰ ਕਿਵੇਂ ਦੇਖਦੇ ਹਾਂ? ਜਲਿਆਂਵਾਲਾ ਬਾਗ ਮੈਮੋਰੀਅਲ ਹੈਗਾ ਜੀ, ਉਹ ਟਰੱਸਟ ਦੇ ਵਿੱਚ ਹਮੇਸ਼ਾ ਹੀ ਅੱਜ ਤੱਕ ਕਾਂਗਰਸ ਦਾ ਪ੍ਰਧਾਨ ਸ਼ਾਮਿਲ ਕੀਤਾ ਜਾਂਦਾ ਸੀ ਜੀ। ਸਾਨੂੰ ਕੋਈ ਪਤਾ ਨਹੀਂ ਸੀ ਕਿ ਉਹ 'ਚ ਸ਼ਾਮਿਲ ਕਰਨ ਦਾ ਕਾਰਨ ਕੀ ਹੈ। ਕਾਂਗਰਸ ਇੱਕ ਪਾਰਟੀ ਹੈ, ਸੰਵਿਧਾਨ ਕੋ ਉਹਦੇ ਵਾਲੇ ਚਾਹੀਦੇ ਆ, ਪਰ ਉਹਨੂੰ ਸ਼ਾਮਿਲ ਕੀਤਾ ਜਾਂਦਾ ਰਿਹਾ ਜੀ। ਹੌਲੀ ਹੌਲੀ ਕੇਂਦਰ ਸਰਕਾਰ ਨੇ ਫੈਸਲਾ ਕਰਤਾ ਕਿ ਕਾਂਗਰਸ ਦਾ ਪ੍ਰਧਾਨ ਉੱਥੇ ਸ਼ਾਮਿਲ ਕਰਨਾ ਕੋਈ ਜ਼ਰੂਰੀ ਨਹੀਂ, ਰੌਲਾ ਪਿਆ ਜੀ। 3 ਮੂਰਤੀ ਭਵਨ ਹੈ, ਜਾਂ ਤਾਂ ਕਾਂਗਰਸੀ ਕਹਿਣ ਕਿ ਪੰਡਿਤ ਜਵਾਹਰ ਲਾਲ ਨਹਿਰੂ ਸਿਰਫ ਸਾਡਾ ਸੀ, ਜੇ ਸਾਡਾ ਕਹਿਣ ਤਾਂ ਹੋਰ ਗੱਲ ਹੈ, ਜੇ ਉਹ ਕਹਿਣ ਉਹ ਦੇਸ਼ ਦਾ ਸੀ ਤਾਂ ਫਿਰ ਤਾਂ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਆਪਣੀ ਮਰਜ਼ੀ ਮੁਤਾਬਕ ਫੈਸਲੇ ਕਰੇਗੀ। ਇਹ ਸਰਕਾਰ ਨੇ ਕਹਿਤਾ ਕਿ ਅਸੀਂ ਨਹਿਰੂ ਦੇ ਸਵਾਲ ਦੇ ਉੱਤੇ ਇਹ ਫੈਸਲਾ ਕਰਤਾ ਕਿ 3 ਮੂਰਤੀ ਭਵਨ ਦਾ ਜਿਹੜਾ ਨਹਿਰੂ ਮੈਮੋਰੀਅਲ ਟਰੱਸਟ ਆ ਉਹਦੇ 'ਚ ਕਾਂਗਰਸ ਦਾ ਜਾਂ ਨਹਿਰੂ ਗਾਂਧੀ ਪਰਿਵਾਰ ਦਾ ਕੋਈ ਬੰਦਾ ਰੱਖਣਾ ਕੋਈ ਜ਼ਰੂਰੀ ਨਹੀਂ। ਉਹ 'ਚ ਪ੍ਰਧਾਨ ਮੰਤਰੀ ਆਪ ਹੈ ਜੀ, ਅਮਿਤ ਸ਼ਾਹ, ਇੱਕ ਪੱਤਰਕਾਰ ਵੀ ਪਾਤਾ ਜਿਹੜਾ ਸਰਕਾਰ ਦੇ ਨੇੜੇ ਗਿਣਿਆ ਜਾਂਦਾ, ਸਾਰਿਆਂ ਨੂੰ ਪਤਾ ਇੱਦਾਂ ਦੇ ਹੋਰ ਲੋਕ ਪਾਤੇ ਆ ਜੀ, ਆਪਣੀ ਮਰਜ਼ੀ ਦੇ ਪਾਉਣਗੇ। ਉਹਨਾਂ ਜਦੋਂ ਕਿਹਾ ਹੀ ਹੈ ਕਿ ਕਾਂਗਰਸ ਮੁਕਤ ਭਾਰਤ ਬਣਾਉਣਾ, ਕਾਂਗਰਸ ਮੁਕਤ ਭਾਰਤ ਬਣਦਾ ਕਿ ਨਹੀਂ ਬਣਦਾ, ਜਦੋਂ ਤੱਕ ਪਹੁੰਚਿਆ ਉਦੋਂ ਤੱਕ ਤਾਂ ਜਾਣਗੇ ਨਾ, ਅਤੇ ਜਦੋਂ ਕਾਂਗਰਸੀਆਂ ਦੇ ਹੱਥ ਸਭ ਕੁਝ ਹੁੰਦਾ ਸੀ ਇਹ ਘੱਟ ਕਰਦੇ ਰਹੇ ਜੀ। ਐਮਰਜੈਂਸੀ ਦੇ ਵਿੱਚ ਜਦੋਂ ਇਹ ਗੱਲ ਚੱਲੀ ਸੀ ਕਿ ਦੇਸ਼ ਕੇ ਨੇਤਾ ਇੰਦਰਾ ਗਾਂਧੀ, ਯੁਵਕੋਂ ਕੇ ਨੇਤਾ ਸੰਜੇ ਗਾਂਧੀ, ਔਰਤੋਂ ਕੇ ਨੇਤਾ ਮੇਨਕਾ ਗਾਂਧੀ, ਬੱਚੋਂ ਕੇ ਨੇਤਾ ਰਾਹੁਲ ਗਾਂਧੀ, ਅਗਲੀ ਗੱਲ ਮਹਾਤਮਾ ਗਾਂਧੀ ਬਾਰੇ ਜਿਹੜੀ ਆਖੀ ਜਾ ਰਹੀ ਸੀ ਉਹ ਬਹੁਤ ਭੈੜੀ ਆ, ਮੈਂ ਨਹੀਂ ਕਹਿ ਸਕਦਾ ਜੀ। ਉਦੋਂ ਦਿੱਲੀ ਦੇ ਬੋਟ ਕਲੱਬ 'ਚ ਰੈਲੀ ਹੋਈ ਸੀ, ਇੰਦਰਾ ਗਾਂਧੀ ਨਾਲੋਂ 19 ਸਾਲ ਵੱਡੇ ਕਮਲਾਪਤੀ ਤ੍ਰਿਪਾਠੀ ਨੇ ਆਖਿਆ ਸੀ ਇੰਦਰਾ ਸਾਡੀ ਮਾਂ ਹੈ। ਲੋਕਾਂ ਨੂੰ ਉਦੋਂ ਪਤਾ ਲੱਗਾ ਸੀ, ਹੁਣ ਤੱਕ ਤਾਂ ਬੁਝਾਰਤਾਂ ਸੁਣਦੇ ਸਾਂ ਮਾਂ ਜਮੀਨਾ ਪੁੱਤ ਕੋਠੇ 'ਤੇ ਜੀ, ਉਦੋਂ ਪਤਾ ਲੱਗਾ ਸੀ ਕਿ ਮਾਂ ਨਾਲੋਂ ਪੁੱਤ 19 ਸਾਲ ਵੱਡਾ ਵੀ ਹੁੰਦਾ। ਜਦੋਂ ਇਹਨਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ ਸੀ ਇਹ ਵੀ ਬਹੁਤ ਕੁਛ ਕਰਦੇ ਰਹੇ, ਅਤੇ ਫਿਰ ਉਹਦਾ ਨਤੀਜਾ ਕੀ ਨਿਕਲਿਆ? ਇਹਨਾਂ ਨੇ ਭੁਗਤਿਆ,
ਜੀ ਹੁਣ ਭਾਜਪਾ ਵਾਲਿਆਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ, ਇਹ ਵੀ ਉਹ ਕੁਝ ਕਰਦੇ ਪਏ ਆ, ਅਤੇ ਜੇ ਉਹਨਾਂ ਨੇ ਸੱਤਾ ਨਸ਼ਾ ਚੜਿਆ ਤਾਂ ਕੀਤਾ ਸੀ ਭੁਗਤਿਆ, ਇਹਨਾਂ ਦੇ ਸਿਰ ਨੂੰ ਚੜਿਆ, ਇਹ ਵੀ ਭੁਗਤਣਗੇ। ਇਹ ਸਮਾਂ ਜੇ ਉਹ ਨਹੀਂ ਰਿਹਾ ਤਾਂ ਆ ਵੀ ਨਹੀਂ ਰਹਿਣਾ, ਸਮੇਂ ਦਾ ਚੱਕਰ ਤਾਂ ਚੱਲਦਾ ਹੀ ਰਹਿਣਾ। ਆਪਾਂ ਅਗਲੇ ਚੱਕਰ ਦੀ ਉਡੀਕ ਕਰੀਏ ਕਿ ਅਗਲੀ ਵਾਰੀ ਕੀ ਹੋਵੇਗਾ। ਜੀ ਮਨੋ ਸਰ, ਤੁਸੀਂ ਆਏ, ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦਿਓ ਇਜਾਜ਼ਤ ਗੁਰਪ੍ਰੀਤ ਸੰਧਾ ਵਾਲੀਆਂ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।